ਹੋਸਟਲ ਜਦੋਂ ਇਕ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਕੁਝ ਸਰਪੰਚਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਰਹੇ ਸੀ ਬਿਲਕੁਲ ਉਸੇ ਹੀ ਠੀਕ ਸਮੇਂ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਤੇ ਇੱਕ ਐਮਪੀ ਉਹ ਬੀਜੇਪੀ ਪਾਰਟੀ ਜੁਆਇਨ ਕਰ ਰਹੀ ਸੀ ਇੱذਦੇ ਤੇ ਹਾਲਾਂਕਿ ਮਾਨ ਸਾਹਿਬ ਦਾ ਰਿਐਕਟ ਵੀ ਆਇਆ ਕਿ ਉਹਨਾਂ ਨੇ ਫੇਸਬੁੱਕ ਦੇ ਉੱਪਰ ਕਵਿਤਾ ਵੀ ਲਿਖ ਕੇ ਪਾਈ ਬਾਰੇ ਇਹ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਵਾਪਰਿਆ ਜਿਹੜਾ ਕਿਸੇ ਨੇ ਚਿਤਵਿਆ ਨਹੀਂ ਸੀ ਸੋਚਿਆ ਨਹੀਂ ਸੀ ਕਿ ਆਮ ਆਦਮੀ ਪਾਰਟੀ ਜਿਹਨੂੰ ਬਣੀ ਨੂੰ 2 ਸਾਲ ਹੋਏ ਨੇ 3 ਸਾਲ ਅਜੇ ਰਹਿੰਦੇ ਨੇ ਸਟਨੀਓਰ ਦੇ ਕਿ ਉਸ ਸਰਕਾਰ ਦੇ ਇੱਕ ਮੌਜੂਦਾ ਐਮਐਲਏ ਤੇ ਮੌਜੂਦਾ ਐਮਪੀ ਇੰਜ ਆਪਣੀ ਪਾਰਟੀ ਦੇ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰਕੇ ਉਹ ਚਲੇ ਜਾਣਗੇ ਇਹ ਕਿਸੇ ਦੇ ਖਿਆਲਾਂ ਦੇ ਵਿੱਚ ਨਹੀਂ ਸੀ ਚੋਣਾਂ ਤੋਂ ਪਹਿਲਾਂ ਇਸ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਆਲਿਕ ਮਾਹਿਰ ਡਾਕਟਰ ਬਲਵਿੰਦਰ ਸਿੰਘ ਟਵਾਣਾ ਸਾਹਿਬ ਜੁੜੇ ਨੇ ਟਵਾਣਾ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸ਼ੁਕਰੀਆ ਜੀ ਟਵਾਣਾ ਸਾਹਿਬ ਉਹ ਹੋਇਆ ਜਿਹੜਾ ਕਿਸੇ ਨੇ ਸੋਚਿਆ ਨਹੀਂ ਸੀ ਚਲੋ ਹਾਰੀ ਹੋਈ ਧਿਰ ਹੁੰਦੀ ਹੈ ਜਿੱਤੀ ਹੋਈ ਧਿਰ ਵੱਲ ਜਦੋਂ ਜਾਂਦੀ ਹੈ ਮੰਨ ਲਿਆ ਜਾਂਦਾ ਕਿ 100 ਮਜਬੂਰੀਆਂ 100 ਲੋਭ 100 ਮੋਹ ਹੁੰਦੇ ਨੇ ਕਿ ਬੰਦਾ ਚਲੇ ਜਾਂਦਾ ਜਿੱਤੀ ਹੋਈ ਧਿਰ ਵੱਲ ਪਰ ਮੌਜੂਦਾ ਸਰਕਾਰ 92 ਐਮਐਲਏ ਤੇ ਉਹਨਾਂ ਐਮਐਲਏਾਂ ਦੇ ਵਿੱਚੋਂ ਇੱਕ ਐਮਐਲਏ ਜਿਹੜੇ ਸ਼ੀਤ ਲੰਗਰਾਲ ਹੈਗੇ ਨੇ ਉਹ ਆਖਰ ਬੀਜੇਪੀ ਪਾਰਟੀ ਜੁਆਇਨ ਕਰ ਜਾਂਦੇ ਨੇ ਸੁਸ਼ੀਲ ਕੁਮਾਰ ਰਿੰਕੂ ਬੀਜੇਪੀ ਪਾਰਟੀ ਜੁਆਇਨ ਕਰ ਜਾਂਦੇ ਨੇ ਹਾਲਾਂਕਿ ਪਹਿਲਾਂ ਕਾਂਗਰਸ ਤੋਂ ਆਏ ਸੀ ਉਹ ਮਾਨ ਸਾਹਿਬ ਇੱਕ ਰਿਐਕਟਿਵ ਕਰਦੇ ਨੇ ਕਵਿਤਾ ਵਿੱਚ ਲਿਖਦੇ ਨੇ ਪਰ ਕਿਸ ਤਰੀਕੇ ਦੇ ਨਾਲ ਆਪਾਂ ਸਾਰੀ ਗੱਲ ਬਤਵਾੜਾ ਸਾਹਿਬ ਤੁਹਾਡੇ ਨਜ਼ਰੀਏ ਤੋਂ ਸਮਝ ਸਕਦੇ ਹਾਂ ਜੀ ਹਾਂ ਦੇ ਸੋ ਪੰਗੂ ਸਾਹਿਬ ਗੱਲ ਇਹ ਹੈ ਕਿ ਇਹ ਜਿਹੜਾ ਚੱਲਣ ਹੁਣ ਚੱਲ ਗਿਆ ਨਾ ਇਹ ਜਦੋਂ ਭਜਨ ਲਾਲ ਨੇ ਵੱਡੇ ਪੱਧਰ ਤੇ ਕਰਿਆ ਸੀਗਾ ਉਦੋਂ ਫਿਰ ਇੱਕ ਨਾਰਾ ਆਇਆ ਸੀ ਆਇਆ RAM ਗਿਆ RAM ਉਹ ਹੁਣ ਰਿਲੇਵੈਂਟ ਹੋ ਗਿਆ ਹਨਾ ਉਹ ਲੱਗਦਾ ਵੀ ਉਹੀ ਸੀਗਾ ਉਦੋਂ ਕਾਫੀ ਵੱਡੇ ਉਹਨੇ ਐਮਐਲਏ ਪੱਟ ਕੇ ਸਰਕਾਰ ਜਿਹੜੀ ਸੀ ਆਪਣੀ ਹਨਾ ਪੋਲੀਟੀਕਲ ਕਾਰਵਾਈ ਕੀਤੀ ਤੇ ਉਦੋਂ بڑا ਸੀਗਾ ਫੇਰੇ ਵੀ ਚੱਲਿਆ ਵੀ ਇੱਕ ਬੱਸ ਜਾਂਦਾ ਜੀ ਬੰਦਾ ਜਿਹੜੀ ਬੱਸ ਖਰਾਬ ਹੋ ਗਈ ਉਦੋਂ ਉਧਰ ਕੇ ਕਹਿੰਦਾ ਦੂਜੀ ਚੜ ਗਿਆ ਫੇ ਕੀ ਫਰਕ ਪੈਂਦਾ ਹਨਾ ਡਿਫੈਂਡ ਕਰਨਾ ਪੋਲੀਟੀਕਲ ਲੀਡਰਾਂ ਦੀ ਮਤਲਬ ਵੱਡੀ ਬਿਸ਼ਰਮੰਗੀ ਜਿਹੜੀ ਹੈ ਨਾ ਉਹਨਾਂ ਨੇ ਪੰਜਾਬ ਦਾ ਕੀ ਕਰਨਾ ਤੇ ਲੋਕਾਂ ਦਾ ਕੀ ਕਰਨਾ ਜਿਹੜੇ ਇਹ ਜੇ ਲੀਡਰ ਹੈ ਤੇ ਜਿਹੜੀ ਇਹ ਜੀ ਲੀਡਰਸ਼ਿਪ ਪੈਦਾ ਹੋ ਰਹੀ ਹੈ ਤੇ ਉਹ ਤੁਸੀਂ ਜੋ ਕੁਛ ਪਹਿਲਾ ਬਦਲ ਚੰਡੀਗੜ੍ਹ ਚ ਹੋਇਆ ਉਹ ਮਿਊਸਕ ਕਮਿਸ਼ਨਰ ਪਹਿਲਾਂ ਆ ਆਦਮੀ ਪਾਰਟੀ ਛੱਡ ਕੇ ਉਧਰ ਚਲੇ ਗਏ ਹੈ ਨਾ ਜੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਵੋਟਾਂ ਪਾ ਕੇ ਉਹ ਬਣਾ ਕੇ ਫੇਰ ਆ ਗਏ ਆ ਆਦਮੀ ਪਾਰਟੀ ਚ ਰਲ ਗਏ ਹੈਨਾ ਕੋਈ ਕਰਦਾਰ ਹੈ ਕੋਈ ਕੋਈ ਮਤਲ ਇਨਸਾਨੀਅਤ ਕੋਈ ਬੰਦਾ ਕੋਈ ਮੋਰੈਲਟੀ ਕੋਈ ਨੈਤਿਕਤਾ ਕੋਈ ਕੁਝ ਨਹੀਂ ਹੈਨਾ ਪਤਾ ਨਹੀਂ ਕੀ ਹੋਇਆ ਕੀ ਲੈਣ ਦੇਣ ਹੋਇਆ ਜਿਹੜੇ ਲੈਣ ਦੇਣ ਚ ਇਧਰੋਂ ਛੱਡ ਕੇ ਉਧਰ ਭੱਜ ਗਏ ਦੋ ਸੀਟਾਂ ਜਤਾ ਕੇ ਫਿਰ ਮੁੜਿਆ ਇਸੇ ਤਰ੍ਹਾਂ ਹੀ ਜਿਹੜਾ ਕੁਝ ਹਿਮਾਚਲ ਪ੍ਰਦੇਸ਼ ਚ ਹੋਇਆ ਹੈ ਜੀ 6 ਕਾਂਗਰਸ ਦੇ ਐਮਪੀ ਭੱਜ ਗਏ ਬੀਜੇਪੀ ਚਲੇ ਗਏ ਫਿਰ ਅਸਤੀਫਾ ਦੇਤਾ ਪਹਿਲਾਂ ਚੈਲੰਜ ਕੀਤੀ ਹਾਈ ਕੋਰਟ ਦੇ ਵਿੱਚ ਜਾ ਕੇ ਸੁਪਰੀਮ ਕੋਰਟ ਚ ਹਾਂਜੀ ਵੀ ਸਾਡੀ ਡਿਸਕਵালিਫਿਕੇਸ਼ਨ ਆ ਫਿਰ ਉਹ ਵਾਪਸ ਲੈ ਲਈ ਫਿਰ ਰਜਾਇਨ ਕਰਕੇ ਹੁਣ ਉਹਨਾਂ ਦੇ ਕੈਂਡੀਡੇਟ ਬਣ ਕੇ ਬੀਜੇਪੀ ਦੇ ਉੱਥੇ ਜਾ ਕੇ ਲੜਨ ਲੱਗੇ ਹੈਨਾ ਤੇ ਉਹਨਾਂ ਨੂੰ ਹੱਲਾਸ਼ੀਰੀ ਦੇਣ ਵਾਲੀ ਜਿਹੜੀ ਪ੍ਰਤੀਵਾ ਸਿੰਘ ਆ ਉਹਦਾ ਘਰ ਵਾਲਾ ਸੀ ਐਮ ਵੀ ਰਹਾ ਹੈਨਾ ਜੀ ਰਾਜੇ ਮਹਾਰਾਜਾਂ ਦਾ ਹਲੇ ਅਸਰ ਚੱਲਦਾ ਵੀ ਹਾਂਜੀ ਸਾਡੀ ਚੱਲਣੀ ਚਾਹੀਦੀ ਹੈ ਮਦਲ ਕੋਈ ਅੰਤ ਹੀ ਹੈ ਨਹੀਂ ਹੈਨਾ ਤੁਸੀਂ ਬੱਡੀ ਬਿਸ਼ਰਮੰਗੀ ਨਾਲ ਬਹੁਤ ਕੁਝ ਬੋਲਦੇ ਹੋ ਲੋਕਾਂ ਬਾਰੇ ਤੇ ਕੱਲ ਜਿਹੜਾ ਰਵਨੀਤ ਬਿੱਟੂ ਹੈ ਨਾ ਆਂ ਗਿਆ ਤੇ ਉਹ ਕਹਿ ਰਿਹਾ ਮੈਂ ਲੋਕਾਂ ਦੀ ਸੇਵਾ ਕਰੂੰਗਾ ਮੈਂ ਕਰੂੰਗਾ ਉਹ ਆਪਣੇ ਆਪਣੀਓ ਸੇਵਾ ਕਰ ਲਵੇ ਉਨੀਓ ਥੋੜੀ ਹੈ ਬਾਕੀ ਲੋਕ ਤਾਂ ਆਪ ਹੀ ਕਰ ਲੈਣਗੇ ਆਪ ਹੀ ਲੜ ਲੈਣਗੇ ਉਹ ਉਹ ਮੈਂ ਉਹਦਾ ਬਿਆਨ ਸੁਣ ਰਿਹਾ ਸੀ ਰਾਤ ਵੀ ਮੈਂ ਗਰੰਟੀ ਦਿੰਦਾ ਕਿ ਕੋਈ ਧਰਨਾ ਨਹੀਂ ਲੱਗਣ ਦਊਗਾ ਹੋਰ ਨਹੀਂ ਭਾਈ ਤੂੰ ਹੈ ਕੀ ਚੀਜ਼ ਹੈ ਧਰਨਾ ਦਾ ਮਾਨ ਵੀ ਕਹਿੰਦਾ ਸੀਗਾ ਸੀਐਮ ਬਣ ਗਿਆ ਉਹ ਧਰਨੇ ਲੱਗਣੋ ਨਹੀਂ ਸਾਡੇ ਹੈ ਜੀ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਧਰਨੇ ਲਵਾ ਰਹੀ ਹੈ ਤੇ ਕਿਸਾਨਾਂ ਦੇ ਖਿਲਾਫ ਮੋਰਚਾ ਪਹਿਲਾਂ ਵੀ ਚੱਲਿਆ ਹੈ ਜੀ 2021 ਚ ਹੁਣ ਫੇਰ ਚੱਲ ਰਹੀ ਹੈ ਐਜੀਟੇਸ਼ਨ ਡਾਂਗਾ ਉਹ ਮਾਰ ਰਹੇ ਤੁਸੀਂ ਉਸੇ ਪਾਰਟੀ 'ਚ ਜਾ ਕੇ ਵੜ ਰਹੇ ਹੋ ਹੈ ਜੀ ਫੇਰ ਕਹਿ ਰਹੇ ਹਾਂ ਅਸੀਂ ਕਿਸਾਨਾਂ ਮਜ਼ਦੂਰਾਂ ਦਾ ਸਭ ਦਾ ਜੂਸ ਦੀ ਗੱਲ ਕਰਾਂਗੇ ਮਤਲਬ ਇੰਨਾ ਸ਼ਰਿਆਮ ਝੂਠ ਜਿਹੜਾ ਨਾ ਮਤਲਬ ਸਾਰਾ ਕੁਝ ਹੀ ਲਾ ਲਓ ਵੀ ਹੁਣ ਤੋਂ ਕੋਈ ਲੈਵਲ ਹੀ ਨਹੀਂ ਰਹਿ ਗਿਆ ਹੈਨਾ ਕੋਈ ਪੱਧਰ ਹੈ ਨਹੀਂ ਮਤਲ ਤੁਸੀਂ ਕਹੋ ਵੀ ਇਹ ਬੰਦਾ ਬਿਸ਼ਰਮ ਹੈ ਪਹਿਲਾਂ ਪਰੇ ਚ ਬੁਲਾ ਲਈਦਾ ਸੀ ਪਰਾਂ ਕਹਿੰਦੇ ਵੀ ਠੀਕ ਆ ਪਿੰਡ ਦਾ ਇਕੱਠ ਕਰ ਲਿਆ ਸਾਥ ਚ ਬੰਦਾ ਬੁਲਾ ਲਿਆ ਉੱਥੇ ਬੰਦੇ ਨੂੰ ਮੁਲਾ ਕੇ ਕਹਿੰਦੇ ਸੀਗੇ ਹੈਨਾ ਫਿਰ ਕਹਿੰਦੇ ਸੀ ਵੀ ਜਿਹੜਾ ਅ ਮਰ ਜਿਹੜਾ ਮੁਕਰ ਗਿਆ ਉਹ ਮਰ ਗਿਆ ਕਹਿੰਦਾ ਇਹਦਾ ਕੀ ਹੈ ਮਰੇ ਮੁਕਰੇ ਦਾ ਕੀ ਹੈ ਬਈ ਹੁਣ ਬਦਲੇ ਹੈ ਹੀ ਨਹੀਂ ਹੁਣ ਤਾਂ ਕੋਈ ਰਿਹਾ ਹੀ ਨਹੀਂ ਨਾ ਹੁਣ ਦਾ ਹਸੀ ਆਉਂਦੇ ਵੀ ਇਹ 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 ਲੋਕ ਪੰਜਾਬ ਦਾ ਪਲਾ ਕਰਨਗੇ ਇਹ ਲੋਕ ਜਿਹੜੇ ਦਮਗਜੇ ਮਾਰਦੇ ਆ ਜਿਹੜੇ ਕਹਿੰਦੇ ਆ ਜਿਨ੍ਹਾਂ ਦੀ ਖਸਲਤ ਇਹ ਹੋ ਗਈ ਆ ਵੀ ਉਹ ਲੋਕਾਂ ਦਾ ਕੀ ਸਵਾਰਨਗੇ ਇਹਨਾਂ ਤੋਂ ਆਪਣਾ ਹੀ ਨਹੀਂ ਕੋਲ ਸਮਰਦਾ ਹੋਣਾਗੇ ਇਹ ਜਿਹੜੇ ਅੱਜ ਹੋਇਆ ਕਾਹਨ ਹੈ ਜੀ ਤੇ ਮੈਨੂੰ ਨਹੀਂ ਪਤਾ ਉਹ ਕਹਿੰਦੇ ਵੀ ਸੀਐਮ ਵੀ ਗਏ ਸੀਗੇ ਮਨਾਉਣ ਪਤਾ ਲੱਗਿਆ ਹੋਣਾ ਵੀ ਜਾ ਰਹੇ ਆ ਮੈਨੂੰ ਨਹੀਂ ਪਤਾ ਮੈਂ ਕਨਫਰਮ ਨਹੀਂ ਕਰਦਾ ਮੇਰੇ ਕੋਲ ਕੋਈ ਹੈ ਨਹੀਂ ਲੇਕਿਨ ਥੋੜੀ ਜੀ ਦੇਰ ਪਹਿਲਾਂ ਤੁਸੀਂ ਕਾਂਗਰਸ ਚ ਆਉਨੇ ਹੋ ਇੱਥੇ ਆ ਕੇ ਮੈਂਬਰ ਪਾਰਲੀਮੈਂਟ ਬਣ ਜਾਂਨੇ ਹੋ ਫੇਰ ਉਹ ਜਿਹੜੇ ਭਾਸ਼ਣ ਹਲੇ 6 ਮਹੀਨੇ ਹੀ ਹੋਏ ਆ 7 ਮਹੀਨੇ ਉਹਦੇ ਚ ਤੁਸੀਂ ਦੇਖੋ ਭਾਸ਼ਣ ਕੀ ਆ ਬੰਦੇ ਦੇ ਹੈ ਨਾ ਜੀ ਤੇ ਉਸੇ ਕੰਸਟੀਟੂਐਂਸੀ ਦਾ ਫੇਰ ਇੱਕ ਐਮਐਲਏ ਵੀ ਵੱਜ ਗਿਆ ਹੈ ਨੀ ਉਹ ਵੀ ਚਲਾ ਗਿਆ ਇਹ ਚ ਕੀ ਹੈ ਮਤਲਬ ਨਾ ਇੱਕ ਤਾਂ ਹੈ ਦੇਖੋ ਦੋ ਦੋ ਗੱਲਾਂ ਜਿਹੜੀਆਂ ਦਿਖਦੀਆਂ ਇਹ ਚ ਇਹ ਕਹੇਗਾ ਵੀ ਜੋ ਕੁਝ ਮੋਦੀ ਸਰਕਾਰ ਕਰ ਰਹੀ ਹੈ ਹੁਣ ਤਾਂ ਛਰਿਆਂ ਵੀ ਨੰਗਾ ਹੋ ਗਿਆ ਕਿ ਈਡੀ ਛੱਡੋ, ਸੀਬੀਆਈ ਛੱਡੋ, ਇਨਕਮ ਟੈਕਸ ਛੱਡੋ, ਬੰਦਿਆਂ ਨੂੰ ਫੜੋ, ਡਰਾਓ ਤੇ ਮੁਕਾਓ ਫਿਰ ਆਪਣੇ ਚ ਪਾਓ ਫਿਰ ਉਹਦਾ ਹੁਣ ਕਹਿਣ ਲੱਗ ਗਏ ਵੀ ਉਹ ਤਾਂ ਵੀ ਵਾਸ਼ਿੰਗ ਮਸ਼ੀਨ ਆ ਤੇ ਵਾਸ਼ਿੰਗ ਪਾਊਡਰ ਵੀ ਆ ਜਿਹੜਾ ਉਹ ਤੇ ਵੜ ਗਿਆ ਉਹ ਠੀਕ ਹੈ ਇਸ ਲਈ ਬਹੁਤ ਸਾਰੇ ਕਾਂਗਰਸੀ ਜਦੋਂ ਸਰਕਾਰ ਹਾਰੀ ਹੈ ਤੁਸੀਂ ਕਹਿ ਸਕਦੇ ਹੋ ਵੀ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਜਾਊਗਾ। ਹਜੇ ਤੇ ਸੁਨੀਲ ਜਾਖੜ ਬੀਜੇਪੀ ਜਾਊਗਾ। ਨਾ ਜਿਹੜੇ ਜਿਹੜੇ ਬਹੁਤ ਵੱਡੇ ਦਮ ਗਜੇ ਮਾਰਦੇ ਰਹੇ ਤੇ ਜਦੋਂ ਸਰਕਾਰ ਗਈ ਉਦੋਂ ਹੀ ਪਤਾ ਲੱਗਿਆ ਮਿੰਟਾਂ ਸਿੰਟਾਂ ਚ ਵੀ ਕਾਂਗਰਸ ਦੇ ਕਿੰਨੇ ਬੰਦੇ ਉਧਰ ਲੰਘੇ ਸੋ ਉਹ ਜਿਹੜੇ ਬੰਦੇ ਗਏ ਉਹਨਾਂ ਦਾ ਕੀ ਕਰਦਾਰ ਹੈ ਜੀ ਫੇਰ ਉਹਨਾਂ ਜੋ ਕੁਝ ਮੁੜ ਵੀ ਆਏ ਬੜੇ ਬਿਸ਼ਰਮੰਗੀ ਨਾਲ ਫੇਰ ਕੁਝ ਦਿਨਾਂ ਬਾਅਦ ਵਾਪਸ ਵੀ ਆ ਗਏ ਹੈ ਜੀ ਜੀ ਤੇ ਉਹਨਾਂ ਦੇ ਜਿਹੜੇ ਨਾਲ ਦੇ ਬੰਦੇ ਸੀ ਉਹਨਾਂ ਨੂੰ ਬਹੁਤ ਸਾਰੇ ਬੰਦਿਆਂ ਨੇ ਫੇਰ ਇਹ ਵੀ مخال ਕਰਿਆ ਵੀ ਜਿਹੜੀਆਂ ਤੁਸੀਂ ਨੀਕਰਾਂ ਸਮਝੀਆਂ ਉਹਨਾਂ ਦਾ ਕੀ ਬਣਨਾ ਤੇ ਹੁਣ ਜਿਹੜਾ ਛੱਡ ਕੇ ਮਤਲਬ 92 ਚਲੋ ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਕੋਈ ਇਹਦੇ ਤੋਂ ਕੋਈ ਖਤਰਾ ਨਹੀਂ ਹੋਣਾ ਕਿਉਂਕਿ 92 ਐਮਐਲਏ ਐ ਤੇ ਇਸ ਕਰਕੇ ਆ ਜਿਹੜੀ ਸਰਕਾਰ ਦਿੱਲੀ ਦੀ ਵੀ ਬਚੀ ਰਹੀ ਉੱਥੇ ਵੀ ਇੰਨੇ ਐਮਐਲਏ ਪੱਟਣੇ ਔਖਾ ਕੰਮ ਐ ਦੇ ਇਨਾਂ ਨੂੰ ਵੀ ਬਚਾ ਐ ਇਸੇ ਕਰਕੇ ਸੀਗਾ ਜੇ ਮੇਰਾ ਖਿਆਲ ਸ਼ੁਰੂ ਚ ਹੁੰਦੀ ਨਾ 64% ਕੇ ਐਮਐਲਏ ਹੁੰਦੇ ਤਾਂ ਹੁਣੋਂ ਬੀਜੇਪੀ ਖਰੀਦ ਕੇ ਕੱਦੀ ਗੇਰ ਦਿੰਦੀ ਕਿਉਂਕਿ ਬਾਕੀ ਦੀਆਂ ਸਟੇਟਾਂ ਤੋਂ ਇਹ ਸਾਬਤ ਐ ਦਿਖ ਰਿਹਾ ਵੀ ਇਹ ਕੁਝ ਹੁੰਦਾ ਸੋ ਇਸ ਲਈ ਬਚਾ ਹੋ ਗਿਆ ਤੇ ਹੁਣ ਉਹ ਭੱਜ ਗਏ ਉਹਦੇ ਤੇ ਕੀ ਐ ਪਹਿਲੀ ਗੱਲ ਤਾਂ ਇਹ ਐ ਕਿ ਕਿਹੜਾ ਦਵਾ ਐ ਖਰੀਦੋ ਫਰੋਕਤ ਹੋਈ ਐ ਕੀ ਉਹਨਾਂ ਨੂੰ ਕੋਈ ਲਾਲਚ ਹੋਇਆ ਲਾਲਚ ਤੋਂ ਬਿਨਾਂ ਤਾਂ ਗੁਜ਼ਾਰ ਨਹੀਂ ਸਕਦਾ ਹੈਂ ਜੀ ਐਡਾ ਤਾਂ ਦੁੱਧ ਤੋਤਾ ਹੈ ਨਹੀਂ ਹੁਣ ਇਹਨਾਂ ਚੋਂ ਵੀ ਬਹੁਤ ਮੋਰੈਲਟੀ ਨੈਤਿਕਤਾ ਤੇ ਖੜ ਕੇ ਜਾ ਰਿਹਾ ਇਹਦਾ ਮਤਲਬ ਪਿੱਛੇ ਕੋਈ ਚੱਲਦਾ ਨਾ ਵੀ ਕੁਛ ਨਾ ਕੁਛ ਪੈਸੇ ਦਾ ਲੈਣ ਦੇਣ ਚੱਲਿਆ ਜਾਂ ਕੋਈ ਕਰਪਸ਼ਨ ਦੇ ਵਿੱਚ ਫਸਦੇ ਹੋ ਤੁਸੀਂ ਈਡੀਸੀ ਸੀਬੀਆਈ ਦਾ ਕੋਈ ਖਤਰਾ ਦੋਈ ਕਰਨ ਹੋ ਸਕਦੇ ਵੀ ਜਦੋਂ ਪੈਸੇ ਲੈ ਕੇ ਚਲੇ ਗਏ ਜਾਂ ਫਿਰ ਈਡੀਸੀ ਬੀਆਈ ਦਾ ਖਤਰਾ ਹੋ ਗਿਆ ਅਦਰਵਾਈਜ਼ ਤਾਂ ਕੋਈ ਕਾਰਨ ਹੋ ਨਹੀਂ ਸਕਦਾ ਤੁਸੀਂ ਕਿਸੇ ਡਿੰਗ ਐਮਐਲਏ ਚਲਾ ਜਾਵੇ ਹੋਰ ਕੀ ਲਾਲਚ ਹੈ ਜੀ ਉਹਦਾ ਬਾਕੀ ਜੋ ਮਰਜ਼ੀ ਕਰੀ ਜਾਵੇ ਉਹ ਉਹ ਦਿਖਾਵਾ ਉਹ ਉਹ ਝੂਠ ਹੈ ਮਤਲਬ ਜਿਹੜਾ ਕੁਝ ਬੋਲਦੇ ਆ ਬੰਦੇ ਕਿ ਅਸੀਂ ਤਾਂ ਜੀ ਇਹ ਹੁਣ ਪੰਜਾਬ 'ਚ ਇਹ ਕਰਦਾਂਗੇ ਉਹ ਕਰਦਾਂ ਜੀ ਮੇਰੇ ਵਿਨੀਤ ਬਿੱਟੂ ਹਣੀ ਬੋਲਦੇ ਆ ਵੀ ਅਸੀਂ ਜੀ ਡਬਲ ਇੰਜਨ ਫਲਾਣਾ ਇੰਜਨ ਜਿੱਥੇ ਡਬਲ ਇੰਜਨ ਦੀ ਸਰਕਾਰ ਰਹੀ ਹੈ ਉੱਥੇ ਕੀ ਹਾਲ ਹੈ ਜੀ ਪਹਿਲਾਂ ਉਹ ਹੀ ਦੱਸ ਦਿਓ ਹੈਨਾ ਬਿਹਾਰ 'ਚ ਵੀ ਰਹੀ ਬਿਹਾਰ 'ਚ ਹੁਣ ਵੀ ਹੈਗੀ ਹੈ ਪਹਿਲਾਂ ਵੀ ਸੀ ਤੇ ਬਾਕੀ ਥਾਵਾਂ ਤੇ ਵੀ ਹੈ ਤੇ ਕੋਈ ਨੈਰੇਟਿਵ ਬਰਤਾਂਤ ਸਿਰਜ ਲੋ ਦਾ ਕੋਈ ਮਤਲਬ ਨਹੀਂ ਹੁੰਦਾ ਸੋ ਇਹ ਹੈ ਕਿ ਮੈਨੂੰ ਐਂ ਲੱਗਦਾ ਕਿ ਜਿਹੜੀ ਪੰਜਾਬ ਦੇ ਵਿੱਚ ਜਿਹੜਾ ਇਹ ਅਕਾਲੀ ਦਲ ਨਾਲ ਸਮਝੌਤਾ ਨਹੀਂ ਹੋਇਆ ਜਿਹੜਾ ਕਿ ਇੱਕ ਗਰਾਉਂਡ ਤੇ ਤਾਂ ਅਕਾਲੀ ਦਲ ਨੂੰ ਠੀਕ ਹੈ ਨਹੀਂ ਤਾਂ ਡਿਫੈਂਡ ਕਰਨ ਦੀ ਔਖਾ ਹੋ ਜਾਣਾ ਸੀਗਾ ਵੀ ਕੀ ਹੈ ਉਹਦੇ ਚ ਹੋ ਸਕਦਾ ਇੱਕ ਅੱਧੀ ਸੀਟ ਜਿੱਤ ਵੀ ਜਾਂਦੇ ਪਰ ਜਲਾਲ ਤਾਂ ਵੱਡੀ ਹੋਣੀ ਸੀ ਲੰਮੇ ਸਮੇਂ ਲਈ ਹੋਣੀ ਸੀਗੀ ਦੇ ਉਹ ਵੀ ਸਮਝਾਤਾ ਕਿਹੜੀ ਗੱਲ ਕਰਕੇ ਨਹੀਂ ਹੋਇਆ ਹੁਣ ਆਪਣੇ ਆਪ ਨੂੰ ਤੁਸੀਂ ਕੁਝ ਵੀ ਕਹੋ ਸਮਝਾਤਾ ਤੁਸੀਂ ਕਰਨਾ ਚਾਹੁੰਦੇ ਸੀ ਨਹੀਂ ਹੋਇਆ ਹਾਲਾਤਾਂ ਦੇ ਚੱਕਰ ਜਾਂ ਤੁਸੀਂ ਉਹਨੂੰ ਕੁਝ ਪੋਲੀਟੀਕਲ ਮਾਈਲੇਜ ਦੀ ਗੱਲ ਕਰੋ ਲੇਕਿਨ ਬੀਜੇਪੀ ਕੋਲ ਪੰਜਾਬ ਦੇ ਵਿੱਚ ਹੁਣ 13 ਸੀਟਾਂ ਲੜਨੀਆਂ ਨੇ ਤੇ ਉਹਨਾਂ ਕੋਲ 13 ਸੀਟਾਂ ਦੇ ਲੜਨ ਲਈ ਬੰਦੇ ਨਹੀਂ ਹੈ ਉਸ ਤਰ੍ਹਾਂ ਦੇ ਇਸ ਲਈ ਉਹਨਾਂ ਨੇ ਰਵਨੀਤ ਬਿੱਟੂ ਨੂੰ ਫੜਿਆ ਉਹਦੇ ਨਾਲ ਸੱਦਬਾਜ਼ੀ ਹੋਈ ਕੀ ਹੋਇਆ ਕੀ ਨਹੀਂ ਹੋਇਆ ਵਨਾ ਮਰ ਐਲਟੀਪਨ ਬੰਦਿਆਂ ਦੀ ਪਤਾ ਜਿਹੇ ਜੇ ਸਖਸ਼ ਨੇ ਹੈਨਾ ਤੇ ਇਸੇ ਤਰ੍ਹਾਂ ਹੀ ਇਹ ਇਹ ਲਿਆਂਦਾ ਗਿਆ ਤੇ ਕਾਂਗਰਸ ਦੇ ਵਿੱਚੋਂ ਹੀ ਭਾਜਪੀ ਬੰਦੇ ਲਿਆ ਕੇ ਖੜੇ ਕਰ ਰਹੀ ਹੈ ਹਰਿਆਣੇ ਦੇ ਵਿੱਚ 10 ਸੀਟਾਂ ਤੋਂ 6 ਜਿਹੜੇ ਐਮਪੀ ਖੜੇ ਕੀਤੇ ਗਏ ਉਹ ਪਹਿਲਾਂ ਕਾਂਗਰਸ ਦੇ ਆ ਉਹ ਕਾਂਗਰਸ ਚੋਂ ਹੀ ਆਏ ਹੋਏ ਆ ਤੇ ਉਹ ਕਾਂਗਰਸ ਚੋਂ ਜਾਂ ਜਿੱਤੇ ਹੋਏ ਸੀ ਪਹਿਲਾਂ ਜਾਂ ਫਿਰ ਪਹਿਲਾਂ ਮਤਲਬ ਐਮਐਲਏ ਸੀ ਇਹ ਜਾਂ ਐਮਪੀ ਸੀ ਉਹੀ ਲਾ ਕੇ ਖੜੇ ਕੀਤੇ ਦੱਸਾਂ ਜੋ 6 ਉਸ ਲਈ ਬੰਦੇ ਤਾਂ ਹੈ ਨਹੀਂ ਗਏ ਤੇ ਤੁਸੀਂ ਉਹਨਾਂ ਨੂੰ ਲਾਲਚ ਦਿਓ ਜਾਂ ਫਿਰ ਉਹਨਾਂ ਤੇ ਕੋਈ ਦਬਾਅ ਬਣਾਓ ਹੈਨਾ ਕੁਛ ਵੀ ਹੋਇਆ ਲੇਕਿਨ ਉਹ ਕੈਂਡੀਡੇਟ ਫੀਲਡ ਕਰਨ ਲਈ ਲੰਦੇ ਗਏ ਆ ਕਿ ਹਾਂ ਜੀ ਉਹ ਲੜਨੀ ਹੈ ਸੋ ਇਸ ਲਈ ਜਦੋਂ ਉਹ ਗਿਆ ਤੇ ਉਹਨੂੰ ਹੋਊਗਾ ਤੇ ਜਿਹੜਾ ਬੰਦਾ ਪਹਿਲਾਂ ਐਮਐਲਏ ਹੁੰਦੇ ਹੋਏ ਉਹਦਾ ਵਿਰੋਧ ਕਰ ਰਿਹਾ ਸੀ ਅੱਜ ਉਹਦੇ ਨਾਲ ਹੀ ਤੁਰ ਗਿਆ ਇਹਦਾ ਮਤਲਬ ਕੋਈ ਗਿੱਟਮਿਟ ਹੋਈ ਆ ਜੋ ਕੁਝ ਵੀ ਹੋਇਆ ਹੋਊਗਾ ਕਨਾ ਇਹ ਹੀ ਹੁੰਦਾ ਨਾ ਕਿ ਹਾਂਜੀ ਜਿਵੇਂ ਕੱਲ ਰਵਨੀਤ ਬਿੱਟੂ ਕਰਿਆ ਸੀ ਜਿਵੇਂ ਗਰੰਟੀ ਪਹਿਲੇ ਹੀ ਲੋਕਤੰਤਰ ਦੇ ਵਿੱਚ ਕੌਣ ਗਰੰਟੀ ਦੇ ਸਕਦਾ ਜੀ ਉਹ ਮੋਦੀ ਆਉਣੀ ਵੀ ਕਹੀ ਜਾਂਦਾ ਵੀ ਸਾਡੀ ਸਰਕਾਰ ਤੀਜੀ ਵਾਰੀ ਬਣ ਜਾਣੀ ਉਹ ਆਪ ਕਹਿੰਦਾ ਕਿ ਤੀਜੀ ਵਾਰੀ ਬਣ ਜਾਣੀ ਤੁਸੀਂ ਕੌਣ ਆਉਨੇ ਹੋ ਬਈ ਇਹ ਤਾਂ ਲੋਕਾਂ ਨੇ ਦੇਖਣਾ ਨਾ ਲੋਕ ਤਾਂ ਇੰਦਰਾ ਗਾਂਧੀ ਨੂੰ ਵੀ ਉਰਾ ਦਿੰਦੇ ਆ ਤੇ ਆ ਜਿਹੜਾ ਅਟਲ ਬਿਹਾਰੀ ਬਾਜਪਾਈ ਆਉਣੀ ਜਦੋਂ ਸ਼ਾਈਨਿੰਗ ਇੰਡੀਆ ਸ਼ਾਈਨਿੰਗ ਇੰਡੀਆ ਹੋ ਰਹੀ ਸੀ ਉਦੋਂ ਹਾਰ ਗਏ ਸੀ ਜੀ ਸੋ ਇਹ ਤਾਂ ਜਿਹੜਾ ਨਾ ਮਤਲਬ ਲੱਗਦਾ ਤੇ ਇਸ ਲਈ ਕੋਈ ਪੋਜੀਸ਼ਨ ਦੇ ਲਈ ਕਾਰਵਾਈ ਕਰੋ ਕੁਝ ਲੈਣ ਦੇਣ ਕਰੋ ਜਾਂ ਪ੍ਰੈਸ਼ਰ ਥੱਲੇ ਆਓ ਜਿਵੇਂ ਕਿ ਬਹੁਤ ਸਾਰੇ ਲੀਡਰ ਕਾਂਗਰਸ ਦੇ ਪਹਿਲਾਂ ਪ੍ਰੈਸ਼ਰ ਥੱਲੇ ਹੀ ਗਏ ਆ ਡਰਾਤਮਕਾ ਕੇ ਹੀ ਗਏ ਆ ਉਹਨਾਂ ਦੇ ਬੰਦਾ ਸੀ ਤੇ ਹੁਣ ਤਾਂ ਜਿਹੜੇ ਇਲੈਕਟਰਲ ਬਾਉਂਡ ਆਏ ਆ ਬਾਹਰ ਜਿਹੜਾ ਸੁਪਰੀਮ ਕੋਰਟ ਦੇ ਬਹੁਤ ਐਫਰਟ ਤੋਂ ਬਾਅਦ ਆਇਆ ਜਿਹਦੇ ਜ ਇੱਕ ਵੱਡਾ ਇੰਸਟੀਟਿਊਸ਼ਨ ਐਸਬੀਆਈ ਉਹਦਾ ਸਰਕਾਰ ਨਾਲ ਕੀ ਲੈਣਾ ਜਿਹੜਾ ਇੰਡੀਪੈਂਡੈਂਟ ਅਧਾਰਾ ਜੀਜੀ ਬੈਂਕ ਉਹਨਾਂ ਦੀ ਜਿਹੜੀ ਐਸਵੀਆਈ ਦੀ ਆਫੀਸਰਜ਼ ਹੈਨਾ ਬੈਂਕ ਆਫੀਸਰਜ਼ ਜੂਨੀਅਰ ਆ ਉਹ ਕਹਿੰਦੀ ਆ ਵੀ ਚੇਅਰਮੈਨ ਰਜਾਇਨ ਕਰੇ ਇਹਨੇ ਕਿਵੇਂ ਮੰਗਿਆ ਸੀਗਾ 30 ਜੂਨ ਦਾ ਸਮਾਂ ਇਹਨੂੰ ਕਿਹਨੇ ਕਿਹਾ ਇਹ ਰਜਾਇਨ ਕਰੇ ਬੈਂਕ ਨਹੀਂ ਚਲਾ ਸਕਦਾ ਜਿਹੜਾ ਬੰਦਾ ਕਿਸੇ ਦੇ ਦਵਾ ਥੱਲੇ ਬੈਂਕ ਦਾ ਨੁਕਸਾਨ ਕਰਾ ਰਿਹਾ ਹੈਨਾ ਬੈਂਕ ਨੂੰ ਘਾਟਾ ਪਵਾ ਰਿਹਾ ਤੇ ਉਹਦੇ ਲਈ ਜ਼ਿੰਮੇਵਾਰ ਆ ਉਹ ਚੇਅਰਮੈਨ ਕਿਵੇਂ ਰਹਿ ਸਕਦਾ ਹੁਣ ਉਹਨੂੰ ਉਹਨੂੰ ਰਜਾਇਨ ਕਰਨਾ ਚਾਹੀਦਾ ਉਹ ਉਹਨਾਂ ਦੀ ਅਫੀਸਰ ਜੂਨੀਅਨ ਮੰਗ ਕਰ ਰਹੀ ਹੈ ਵੀ ਰਜਾਇਨ ਕਰੋ ਸਵੇਸ ਲਈ ਜਦੋਂ ਉਹ ਇਹੋ ਜਿਹਾ ਕੰਮ ਹੋ ਸਕਦਾ ਕਿ ਇੱਕ ਵੱਡਾ ਅਦਾਰਾ ਜਿਹਦੇ ਚ ਕਰੋੜਾਂ ਹੀ ਕਰੋੜਾਂ ਬੰਦਿਆਂ ਦਾ ਪੈਸਾ ਉਹਦੀ ਆਸਥਾ ਉਹ ਇਸ ਤਰ੍ਹਾਂ ਕਰ ਸਕਦਾ ਤੇ ਉਹਦੇ ਤੋਂ ਜਿਹੜਾ ਇਲੈਕਟਰਲ ਬੌਂਡ ਆਇਆ ਉਹਦੇ ਤਾਂ ਬੀਜੇਪੀ ਬੋਲ ਹੀ ਨਹੀਂ ਰਹੀ ਕੁਝ ਵੀ ਭਾਈ ਇੰਨੇ ਇੰਨੇ ਪੈਸੇ ਤੁਸੀਂ ਉਹਦੇ ਜਾਮ ਬੰਦਾ ਲੱਭਦਾ ਕੋਈ ਵੱਡਾ ਤਾਂ ਨਹੀਂ ਕਿਸਾਨ ਵੀ ਲੱਭਦਾ ਹੋਵੇ ਹੋਰ ਕੋਈ ਲੱਭਦਾ ਸਾਰੇ ਬਿਜ਼ਨਸਮੈਨ ਹੈ ਵੱਡੇ ਵੱਡੇ ਬਿਜ਼ਨਸਮੈਨ ਹੈ ਹੈਨਾ ਉਹ ਹੁਣ ਜਿਹੜੀ ਆਮ ਆਦਮੀ ਪਾਰਟੀ ਠੀਕ ਕਹਿੰਦੀ ਹੈ ਵੀ ਜਿਹਨੂੰ ਤੁਸੀਂ ਅਪਰੂਵਰ ਬਣਾਇਆ ਜਿਹੜਾ ਠੇਕੇਦਾਰ ਹੈ ਰੈਡੀ ਜਿਹਨੂੰ ਛੱਡਿਆ ਤੁਸੀਂ ਹਦਰਾਬਾਦ ਦਾ ਉਹ ਬੰਦੇ ਤੁਸੀਂ ਫੜਿਆ ਉਹਦੇ ਤੇ ਕੇਸ ਬਣਿਆ ਤੇ ਉਹ ਤੋਂ ਪੈਸੇ ਲੈ ਲੇ 54 ਹਜ਼ਾਰ ਕਰੋੜ ਰੁਪਏ 54 ਕਰੋੜ ਰੁਪਏ ਹੈ ਜੀ ਵੱਧ ਘੱਟ ਹੋ ਸਕਦੇ ਆ ਉਹਦੇ ਬਾਉਂਡ ਚ ਹੈਗੇ ਆ ਐਡੀ ਵੱਡੀ ਲਿਸਟ ਹੈ ਉਹ ਤੁਹਾਡੇ ਖਾਤੇ ਚ ਆਏ ਐ ਹੈਨਾ ਤੇ ਕੇਜਰੀ ਵਾਲਾ ਤੇ ਫਿਰ ਤਾਂ ਬੀਜੇਪੀ ਤੇ ਵੀ ਕਾਰਵਾਈ ਕਰਨੀ ਬਣਦੀ ਆ ਪਰ ਕੌਣ ਕਰੂਗਾ ਵੀ ਹੈਨਾ ਕਿਹੜਾ ਕਰੇਗਾ ਸੋ ਹੋਰ ਐ ਮੇਗਾ ਇੰਜੀਨੀਅਰ ਇੰਜੀਨੀਅਰਿੰਗ ਵਾਲੇ ਐ ਉਹ ਕਿੰਨੇ ਪੈਸੇ ਲੈ ਗਏ ਹੋਰ ਛੱਡੋ ਤੁਸੀਂ ਮਤਲਬ ਵਿਦੰਤਾ ਵਾਲੇ ਜਿਹਦੇ ਵਿਦੰਤਾ ਹਸਪੀਟਲ ਵੀ ਚਲਾਉਂਦੇ ਐ ਯਸ਼ੋਦਾ ਹਸਪੀਟਲ ਵਾਲੇ ਉਹ ਕਰੋੜਾ ਰੁਪਏ ਦੇ ਦਈ ਫਿਰਦੇ ਆ ਕਿਹਦੇ ਸਿਰ ਤੇ ਦਈ ਵੈਦਾ ਮਤਲਬ ਮਰੀਜ਼ ਮਾਰੇ ਉਹਨਾਂ ਨੇ ਮਰੀਜ਼ਾਂ ਨੂੰ ਲੁੱਟਿਆ ਬੀਜਾਂ ਦੇ ਜਾਲੀ ਆਪਰੇਸ਼ਨ ਹੋਏ ਸਾਰਾ ਕੁਝ ਹੋਇਆ ਹਸਪੀਟਲ ਨੇ ਕਿਉਂ ਬੀਜੇਪੀ ਜਾਂ ਕਿਸੇ ਹੋਰ ਪਾਰਟੀ ਨੂੰ ਜੀ ਫੰਡ ਦਿੱਤਾ ਕਿਸ ਕਿਸ ਬਣਾ ਦੇ ਦਿੱਤਾ ਮਤਲਬ ਕੋਈ ਹੈ ਹੀ ਨਹੀਂ ਅੱਗਾ ਪਿਛਾ ਨਹੀਂ ਤੁਸੀਂ ਉਹ ਪੱਡੀ ਲਿਸਟ ਹੈ ਬਹੁਤ ਸਮਾਂ ਚਾਹੀਦਾ ਉਹਨੂੰ ਐਨਾਲਿਸਿਸ ਕਰਨ ਲਈ ਕਿ ਜੇ ਤੁਸੀਂ ਐਡਾ ਧਨ ਇਕੱਠਾ ਕਰਿਆ ਉਹ ਕਿਧੋਂ ਕੀਤਾ ਜੀ ਕਾਰਪੋਰੇਟ ਤੋਂ ਜੀ ਉਹ ਕਾਰਪੋਰੇਟ ਫਿਰ ਇਹੀ ਨਾਰਾ ਤਾਂ ਹੀ ਗੁੰਜਿਆ ਨਾ ਵੀ ਚੰਦਾ ਤੋ ਧੰਦਾ ਲੋ ਸਾਰਾ ਰਿਕਾਰਡ ਕੱਢੋ ਦੇ ਦੇ ਤਾਂ ਫਿਰ ਕਾਰਵਾਈ ਹੋਣੀ ਚਾਹੀਦੀ ਜੇ ਨਿਰਪੱਖ ਕਰਨਾ ਜਿਹੜੀ ਕੰਪਨੀ ਦੀ ਬੈਲੈਂਸ ਸ਼ੀਟ 네ਗੇਟਿਵ ਸੀਗੀ ਉਹਨੂੰ ਮੁਲਾਫਾ ਨਹੀਂ ਹੋਇਆ ਉਹਨੇ ਬੌਂਡ ਕਿਵੇਂ ਖਰੀਦ ਲੇ ਮੇਰਾ ਮਤਲਬ ਇਹ ਕਿ ਕਵਲੇਵਾਜੀ ਹੋਈ ਸੋ ਵੱਡਾ ਮਸਲਾ ਸੋ ਇਸ ਲਈ ਪਤਾ ਨਹੀਂ ਕਿਹੜੀ ਗੇਮ ਕਿੱਥੇ ਖੇਢੀ ਜਾ ਰਹੀ ਹੈ ਤੇ ਮਾੜਾ ਇਹ ਸਿਆਸਤ ਲਈ ਵੀ ਮਾੜਾ ਲੋਕਾਂ ਲਈ ਵੀ ਮਾੜਾ ਤੇ ਹਿੰਦੁਸਤਾਨ ਕੀ ਪੰਜਾਬ ਦੇ ਲੋਕਾਂ ਲਈ ਮਾੜਾ ਜੋ ਪੰਜਾਬ ਚ ਹੋ ਰਿਹਾ ਜੋ ਕੁਛ ਇਹ ਬੰਦੇ ਕਰ ਰਿਹਾ ਇਹਨਾਂ ਦੀ ਕੋਈ ਕ੍ਰੈਡੇਬਿਲਟੀ ਨਹੀਂ ਹੈ ਲੋਕਾਂ ਨੂੰ ਪੁੱਛਣਾ ਚਾਹੀਦਾ ਕਚੈਰੀ ਚ ਖੜਾ ਕਰਕੇ ਵੀ ਤੇਰਾ ਕਰਦਾਰ ਕੀ ਹੈ ਭਾਈ ਤੇ ਤੂੰ ਕੱਲ ਕੀ ਕਹਿੰਦਾ ਸੀ ਅੱਜ ਕੀ ਕਹਿਣਾ ਤੇ ਲੋਕਤੰਤਰ ਲਈ ਮਾੜਾ ਵੀ ਲੋਕ ਫਿਰ ਵਿਸ਼ਵਾਸ ਕੀ ਕਰਨਗੇ ਇਹਨਾਂ ਨੂੰ ਰੋਕਣ ਲਈ ਦੇਖੋ ਕੀ ਹੋਇਆ ਭਜਨ ਲਾਲ ਦਵਾਦ ਆਇਆ ਆਮ ਗਿਆ ਆਮ ਨੂੰ ਟੈਕਲ ਕਰਨ ਲਈ ਕਾਨੂੰਨ ਲਿਆਂਦਾ ਗਿਆ ਐਂਟੀ ਡਿਫੈਕਸ਼ਨ ਲਾ ਫੇਰ ਉਹਦੇ ਸੋਦਾ ਵੀ ਹੋਈਆਂ ਤੇ ਹੁਣ ਐਂਟੀ ਡਿਫੈਕਸ਼ਨ ਲਾ ਜਦੋਂ ਆਉਂਦੀ ਹੈ ਚੋਣ ਉਦੋਂ ਭੱਜ ਕੇ ਕਿਤੇ ਹੋਰ ਵੜਜੋ ਉਦੋਂ ਪਹਿਲਾਂ ਕਿਤੇ ਹੋਰ ਆਪਣੀਆਂ ਮੌਜਾਂ ਲਵੋ ਲੋਕ ਜਾਣ ਠੱਠੇ ਖੂਚ ਤੁਸੀਂ ਲੋਕਾਂ ਦੀ ਗੱਲ ਕੀ ਕਰਦੇ ਹੋ ਸੋ ਇਹ ਸਿਚੁਏਸ਼ਨ ਬੜੀ ਗੰਭੀਰ ਹੈ ਜਿਹਦੀ ਬਹੁਤ ਵੱਡੇ ਪੱਧਰ ਤੇ ਲੋਕਤੰਤਰ ਨੂੰ ਬਚਾਉਣ ਲਈ ਕਨਸਟੀਟਿਊਸ਼ਨ ਨੂੰ ਬਚਾਉਣ ਲਈ ਲੋਕਾਂ ਨੂੰ ਹੀ ਜਾਗਰੂਕ ਹੋਣਾ ਪੈਣਾ ਤੇ ਲੋਕਾਂ ਨੂੰ ਹੀ ਇਹਦਾ ਜਵਾਬ ਦੇਣਾ ਪਊਗਾ ਇਹ ਲੀਡਰਾਂ ਤੇ ਤੁਸੀਂ ਐਵੇਂ ਮਤਲਬ ਨਹੀਂ ਕਰ ਸਕਦੇ ਜਿਵੇਂ ਹੁੰਦਾ ਹੁਣ ਜਿਹੜੇ ਇਲੈਕਟਰਲ ਬੌਂਡ ਹੈ ਉਹਦੇ ਜੋ ਕਹਿੰਦਾ ਜੀ ਸਾਰੀਆਂ ਪਾਰਟੀਆਂ ਸ਼ਾਮਲ ਹੈ ਸਾਰੀਆਂ ਪਾਰਟੀਆਂ ਸ਼ਾਮਲ ਨਹੀਂ ਹੈ ਬੀਐਸਪੀ ਨੂੰ ਕੋਈ ਬੌਂਡ ਨਹੀਂ ਮਿਲਿਆ ਜਿਹੜੀ ਸੀਪੀਆਈਐਮ ਹੈ ਸੀਪੀਐਮ ਉਹਨੇ ਇੱਕ ਪੈਸਾ ਨਹੀਂ ਲਿਆ ਉਹਦੇ ਨਾਂ ਤੇ ਬੌਂਡ ਕੱਟੇ ਗਏ ਉਹਨੇ ਨਹੀਂ ਕੈਸ਼ ਕਰਾਏ ਉਹਦਾ ਜਿਹੜਾ ਸੈਕਟਰੀ ਹੈ ਹੈਨਾ ਸੀਤਾਰਾਮ ਜੈਚੂਰੀ ਉਹਨੇ ਪਟੀਸ਼ਨ ਧਾਰ ਕੀਤੀ ਸੀ ਤਿੰਨ ਪਟੀਸ਼ਨਾਂ ਸੀਗੀਆਂ ਇੱਕ ਐਸੋਸੀਏਸ਼ਨ ਫਾਰ ਡੈਮੋਕਰੈtic ਰਾਈਟਸ ਹੈ ਦੂਜੀ ਸੀਪੀਐਮ ਦੀ ਵੀ ਇੱਕ ਹੋਰ ਸੀਗੀ ਉਹਨਾਂ ਨੇ ਕੇਸ ਲੜਿਆ ਇਹ ਤੇ ਬਾਕੀ ਜਿਹੜੀਆਂ ਨੇ ਉਹਨੂੰ ਉਹਨੂੰ ਵੱਖਰਾ ਨਹੀਂ ਕਰਦੇ ਵੀ ਇਹ ਨਹੀਂ ਹੈ ਸੋ ਇਸ ਲਈ ਮਤਲਬ ਪਾਰਟੀਆਂ ਨੂੰ ਵੀ ਦੇਖਣਾ ਪਊਗਾ ਜੇ ਕਾਂਗਰਸ ਆ ਉਹਨੂੰ ਵੀ ਦੇਖਣਾ ਪਊਗਾ ਵੀ ਅਸੀਂ ਕਿਹੋ ਜਿਹੇ ਲੀਡਰ ਪੈਦਾ ਕਰਦੇ ਆ ਜਿਹੜੇ ਲੀਡਰ ਹੈ ਨਹੀਂ ਇਸ ਤਰ੍ਹਾਂ ਦੀ ਕਰਦੇ ਆ ਕੋਈ ਕਮਿਟਮੈਂਟ ਨਹੀਂ ਹੈ ਕੋਈ ਆਈਡੀਓਲੋਜੀ ਦੀ ਕਮਿਟਮੈਂਟ ਨਹੀਂ ਹੈ ਕਿਸੇ ਲੋਕਾਂ ਨਾਲ ਕਮਿਟਮੈਂਟ ਨਹੀਂ ਹੈ ਪਾਰਟੀ ਨਾਲ ਕਮਿਟਮੈਂਟ ਨਹੀਂ ਹੈ ਹੈਨਾ ਉਹ ਸਾਰਿਆਂ ਨੂੰ ਦੇਖਣਾ ਪਊਗਾ ਉਹ ਅਕਾਲੀ ਦਲ ਚ ਵੀ ਹੈ ਗਿਆ ਕਾਂਗਰਸ ਚ ਵੀ ਹੈ ਗਿਆ ਬਾਕੀ ਪਾਰਟੀਆਂ ਜਾਂ ਭਾਜਪਾ ਦੇ ਵੀ ਛੱਡ ਕੇ ਜਾ ਰਿਹਾ ਹੈ ਵਰਜਿੰਦਰ ਸਿੰਘ ਪਹਿਲਾਂ ਕਾਂਗਰਸ ਤੋਂ ਆਇਆ ਸੀਗਾ ਕਿਸਾਨ ਨੇਤਾ ਹਰਿਆਣੇ ਦਾ ਹੁਣ ਫੇਰ ਕਾਂਗਰਸ ਚ ਲਿਆ ਗਿਆ ਮੁੜ ਕੇ ਹੈਨਾ ਬੜੇ ਹੋਰ ਹੈ ਜਿਹੜੇ ਮਤਲਬ ਉਧਰ ਸੀਗੇ ਕਾਂਗਰਸ ਚੋਂ ਆਏ ਕਈ ਭਾਜਪਾ ਦੇ ਛੱਡ ਕੇ ਚਲੇ ਗਏ ਹਲੇ ਬੜਾ ਕੁਝ ਹੋਣਾ ਜਿਨੂੰ ਟਿਕਟ ਨਹੀਂ ਮਿਲੀ ਮੁੜ ਜਾਣਾ ਹਾਂਜੀ ਸੋ ਇਹ ਦੌਰ ਆ ਜਿਹੜਾ ਕਰਦਾਰ ਜਿਹੜੀ ਜਦੋਂ ਇਲੈਕਸ਼ਨ ਆਉਂਦੀ ਆ ਇਹ ਕੁੰਭ ਦਾ ਮੇਲਾ ਜਦੋਂ ਆਉਂਦਾ ਨਾ ਇਲੈਕਸ਼ਨ ਵਾਲਾ ਫਿਰ ਇਹਦੇ ਵਿੱਚ ਬਹੁਤ ਕਰਦਾਰ ਨੰਗੇ ਹੁੰਦੇ ਆ ਜਿਹੜੇ ਨਾ ਲੋਕਾਂ ਦਾ ਲੈਂਦੇ ਆ ਨਾ ਸੇਵਾ ਦਾ ਲੈਂਦੇ ਆ ਨਾ ਸੇਵਾ ਦੀ ਗੱਲ ਕਰਦੇ ਆ ਹੋ ਕਰਦੇ ਉਹੀ ਕੁਛ ਆ ਜਿਹੜਾ ਉਹਨਾਂ ਨੂੰ ਸੂਟ ਕਰਦਾ ਕਿ ਉਹਨਾਂ ਦੀ ਪਰਸਨਲ ਜ਼ਿੰਦਗੀ ਲਈ ਹੁੰਦਾ ਉਹ ਲੋਕਾਂ ਦੀ ਜਾਂ ਸੂਬੇ ਦੀ ਪੰਜਾਬ ਦੀ ਉਹਦੀ ਕੋਈ ਗੱਲ ਨਹੀਂ ਹੈ ਉਹਦਾ ਉਹਦਾ ਮਸਲਾ ਨਹੀਂ ਹੈ ਉਹ ਲੋਕ ਹੈ ਜਿਹੜੇ ਛੜਕਾਂ ਦੇ ਰੋਜ਼ ਲੜਦੇ ਆ ਕਿਸਾਨ ਲੜਦੇ ਆ ਮਜ਼ਦੂਰ ਵੀ ਲੜਦੇ ਆ ਮਲਾਜ਼ਮ ਵੀ ਲੜਦੇ ਆ ਸਾਰਿਆਂ ਨੂੰ ਲੜ ਕੇ ਮਿਲਦਾ ਚਾਹੇ ਸਰਕਾਰ ਫਿਰ ਜਿਹਦੀ ਮਰਜ਼ੀ ਆ ਜੇ ਉਹ ਤਾਂ ਹੁਣ ਵੀ ਲੜ ਰਿਹਾ ਕਾਮਾਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਪਰ ਕਰਦਾਰ ਜਿਹੜਾ ਉਹ ਵੱਡੀ ਸਵਾਲ ਬਣ ਗਿਆ ਹੁਣ ਜ਼ਮੀਨ ਦਾ ਸਾਰੇ ਕਿਥੇ ਚੱਲਣ ਹੋ ਰਿਹਾ ਜੀ ਬਿਲਕੁਲ ਬਿਲਕੁਲ ਸੋ ਟਵਾੜਾ ਸਾਹਿਬ ਗੱਲ ਤਾਂ ਇਹ ਹੈ ਕਿ ਅੱਜ ਹਾਲਾਂਕਿ ਮਾਲ ਸਾਹਿਬ ਇਹ ਕਹਿੰਦੇ ਹੁੰਦੇ ਸੀ ਕਿ ਯਾਰ ਮੇਰਾ ਤਿਤਲੀਆਂ ਬੁਰ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਉਹ ਬੁਣਾ ਫੁਲਟਾ ਜਾ ਹੋ ਗਿਆ ਗਾਮ ਹੁਣ ਕਿ ਆਪਣੇ ਹੀ ਸਿਆਸਤਾਂ ਨੂੰ ਛੱਡ ਕੇ ਚਲੇ ਗਏ ਵਿਰੋਧਧਿਰ ਦੇ ਸਾਹਮਣੇ ਵੀ ਸਵਾਲ ਦਾ ਜਵਾਬ ਦੇਣਾ ਔਖਾ ਹੋ ਜਾਂਦਾ ਟਵਾਣਾ ਸਾਹਿਬ ਅੱਜ ਦੇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਜੀ ਦੋਸਤੋ ਛੱਡ ਛਡਾਈ ਦੇ ਉੱਪਰ ਟਵਾਣਾ ਸਾਹਿਬ ਦੇ ਆਪਾਂ ਨੇ ਵਿਚਾਰ ਲਏ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਦਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਕਿ ਜੋ ਕੁਝ ਇਹ ਵਾਪਰ ਰਿਹਾ ਇਹਦੇ ਕਿਸ ਅਰਥ ਆਪਾਂ ਸਮਝ ਸਕਦੇ ਹਾਂ ਕਿ ਇਹਨਾਂ ਅਰਥਾਂ ਦੇ ਵਿੱਚ ਆਪਾਂ ਸਾਰੀ ਗੱਲਬਾਤ ਲੈ ਸਕਦੇ ਹਾਂ ਧੰਨਵਾਦ ओके सर थैंक यू जी धन्यवाद हफ्ते च दो तीन प्रोग्राम कर ले करंगे तीन के दिन सर ठीक है दो महीने सर ओके 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 क्योंकि 92 ਤਾਂ ਐਮਐਲਏ ਨੇ ਬਾਕੀ ਪੰਜ ਸੱਤ ਹੋਰ ਨੇ ਬਾਕੀ ਐਮਪੀ ਨੇ ਛੜ ਛੜਾਈ ਚੱਲੀ ਜਾਣੀ ਹੈ ਨਾ ਜੀ ਇਹ ਉਹ ਤਾਂ ਚੱਲੀ ਜਾਣੀ ਉਹ ਪਹਿਲਾ ਵਾਲਾ ਹੈ ਨਹੀਂਗਾ ਹੁਣ ਥੱਲੇ ਵਾਲੇ ਲੀਡਰ ਵੀ ਭਜਣੇ ਨੇ ਨਾ ਕਈ ਜਿਹੜੇ ਬਣੇ ਫਿਰਦੇ ਸੀ ਇਹ ਤਾਂ ਪਤਾ ਨਹੀਂ ਕਿੰਨੇ ਇਕਨਾ ਸਿੰਦੇ ਪਿਆਦਾ ਹੋਣਗੇ ਦੋ ਮਹੀਨੇ ਪੰਜਾਬ ਤੇ ਆ ਕੋਈ ਵਾਧਾ ਨਹੀਂ ਠੀਕ ਹੈ ਸਰ ਥੈਂਕ ਯੂ ਓਕੇ ਥੈਂਕ ਯੂ ਸਰ